ਜੱਗਾਂ ਵਾਲਿਆਂ ਨੂੰ ਅੱਤਵਾਦੀ ਗਰਦਾਨਣ ਤੇ ਤੁੱਲੇ ਭਾਜਪਾ ਤੇ ਆਮ ਆਦਮੀ ਪਾਰਟੀ ਵਾਲੇ ਦੇਸ਼ ਪ੍ਰਤੀ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਭੁੱਲੇ, ਕਿਹਾ ਮਜੀਠੀਆ ਨੇ। ਮਨਪ੍ਰੀਤ ਬਾਦਲ ਮੇਰੀ ਭੈਣ ਦੇ ਸਹੁਰੇ ਪਰਿਵਾਰ ਦਾ ਅਹਿਮ ਮੈਂਬਰ, ਇਸ ਲਈ ਮਨਪ੍ਰੀਤ ਦੇ ਨਾਲ ਚਟਾਨ ਵਾਂਗ ਖੜਾ ਹਾਂ। ਜ਼ਿਲ੍ਹਾ ਗੁਰਦਾਸਪੁਰ ਤੇ ਕਸਬਾ ਕਾਦੀਆਂ ਵਿਖੇ ਪਹੁੰਚੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਨੇ ਗੁਰ ਇਕਬਾਲ ਸਿੰਘ ਮਾਲ ਦੀ ਰੱਖੀ ਇੱਕ ਯੂਥ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਛੋਟੀ ਜਿਹੀ ਗਲਤੀ ਬਦਲੇ ਗਾਇਕ ਸ਼ੁਭਜੀਤ ਸਿੰਘ ਨੂੰ ਕੁਝ ਫਿਰਕੂ ਲੋਕ ਅੱਤਵਾਦੀ ਕਹਿ ਰਹੇ ਹਨ। ਉਹਨਾਂ ਕਿਹਾ ਕਿ ਸ਼ੁਭਜੀਤ ਸਿੰਘ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਦਾ ਆਮ ਆਦਮੀ ਪਾਰਟੀ ਵੱਲੋਂ ਅਤੇ ਭਗਵੰਤ ਮਾਨ ਵੱਲੋਂ ਜ਼ਰਾ ਵੀ ਵਿਰੋਧ ਨਾ ਕਰਨਾ ਇਹ ਦਰਸਾਉਂਦਾ ਹੈ ਕਿ ਆਪ ਵੀ ਭਾਜਪਾ ਦੀ ਬੀ ਟੀਮ ਹੈ। ਵਿਕਰਮਜੀਤ ਸਿੰਘ ਮਜੀਠੀਆ ਨੇ ਅਮਿਤ ਸ਼ਾਹ ਦੀ ਅੰਮ੍ਰਿਤਸਰ ਫੇਰੀ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅਤੇ ਸਿੱਖਾਂ ਦੇ ਪੱਖ ਦੇ ਮਸਲਿਆਂ ਤੋਂ ਪਾਸਾ ਵੱਟਦੇ ਹੋਏ ਅਮਿਤ ਸ਼ਾਹ ਦੀ ਫੇਰੀ ਕੋਈ ਬਹੁਤਾ ਮਹੱਤਵ ਨਹੀਂ ਰੱਖਦੀ। ਮਨਪ੍ਰੀਤ ਸਿੰਘ ਬਾਦਲ ਦੀ ਗ੍ਰਿਫਤਾਰੀ ਸੰਬੰਧੀ ਉਹਨਾਂ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਉਹਨਾਂ ਦੇ ਜੀਜੇ ਦੇ ਭਰਾ ਹਨ। ਉਹ ਆਮ ਆਦਮੀ ਪਾਰਟੀ ਦੀ ਬਦਲਾ ਲਹੂ ਰਾਜਨੀਤੀ ਦੇ ਖਿਲਾਫ਼ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਚਟਾਨ ਵਾਂਗ ਖੜ੍ਹੇ ਹਨ। ਉਹਨਾਂ ਕਿਹਾ ਕਿ ਨੈਸ਼ਨਲ ਪੱਧਰ 'ਤੇ ਆਪ ਅਤੇ ਕਾਂਗਰਸ ਵਿੱਚ ਗੱਠਜੋੜ ਹੋ ਚੁੱਕਾ ਹੈ। ਪੰਜਾਬ ਵਿੱਚ ਵੀ ਕਾਂਗਰਸ ਅਤੇ ਆਮ ਆਦਮੀ ਰਲ ਕੇ ਪੰਚਾਇਤੀ ਅਤੇ ਲੋਕ ਸਭਾ ਚੋਣਾਂ ਲੜਨਗੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਆਮ ਹੋਣ ਦਾ ਦਾਅਵਾ ਕਰਨ ਵਾਲੇ ਭਗਵੰਤ ਮਾਨ ਰਾਘਵ ਚੱਡਾ ਦੇ ਵਿਆਹ 'ਤੇ 10-10 ਲੱਖ ਦੇ 5-star ਹੋਟਲਾਂ ਦੇ ਕਮਰਿਆਂ ਦਾ ਸੁੱਖ ਮਾਰ ਰਹੇ ਸਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਹ ਨੀਤੀ ਉਹਨਾਂ ਦੀ ਕਹਿਣੀ ਅਤੇ ਕਥਨੀ ਤੋਂ ਗੋਹਾਂ ਦੂਰ ਹੈ। ਉੱਥੇ ਹੀ ਮਜੀਠੀਆ ਨੇ ਆਪਣੀ ਸਪੀਚ ਵਿੱਚ ਰਾਘਵ ਚੱਡਾ ਦੇ ਵਿਆਹ ਦੀ ਰਾਘਵ ਚੱਡਾ ਸਮੇਤ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਵਧਾਈ ਦਿੰਦੇ ਹੋਏ ਉਹਨਾਂ ਉੱਪਰ ਤੰਜ ਵੀ ਕਸੇ। ਸਭ ਤੋਂ ਪਹਿਲਾਂ ਤੇ ਮਾਲ ਸਾਹਿਬ ਨੂੰ ਕਾਦੀਆਂ 'ਚ ਅੱਜ ਜਿਹੜਾ ਠਾਠਾ ਮਾਰ ਦਾ ਪ੍ਰੋਗਰਾਮ ਇਹਨਾਂ ਨੇ ਕੀਤਾ, ਇਹਨਾਂ ਨੂੰ ਵਧਾਈ। ਔਰ ਸਾਡੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਝਿੰਜਰ ਸਾਹਿਬ, ਜਿਨ੍ਹਾਂ ਦੇ ਕਰਕੇ ਸਾਰਾ ਅੱਜ ਪ੍ਰੋਗਰਾਮ ਆਯੋਜਿਤ ਕੀਤਾ ਸੀ, ਉਹਨਾਂ ਨੂੰ ਵਧਾਈ। ਔਰ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ, ਜਿਹੜਾ ਇੱਕ ਸਟੇਜ 'ਤੇ ਅੱਜ ਸਾਰੀ ਲੀਡਰਸ਼ਿਪ ਇੱਥੇ ਇਕੱਠੀ ਹੋਈ ਸੀ। ਕਿਉਂਕਿ ਮੈਂ ਸਮਝਦਾ ਹੁਣ ਆਪ ਦੇ ਵਖਰੇਵੇ ਗੁੱਸੇ ਗਿਲੇ ਭੁਲਾ ਕੇ ਜੇ ਪੰਜਾਬ ਨੂੰ ਬਚਾਉਣਾ ਤਾਂ ਪੰਜਾਬ ਦੀ ਗੱਲ ਕਰਨੀ ਪੈਣੀ ਹੈ। ਜੋ ਸ਼ਰਾਰਤਾਂ ਔਰ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਕੇਜਰੀਵਾਲ ਦੇ ਚਰਨਾਂ 'ਚ ਗਿਰਵੀ ਰੱਖਤਾ, ਪੰਜਾਬ ਦੀ ਗੱਲ ਹੀ ਨਹੀਂ ਕਰਨੀ, ਪੰਜਾਬ ਦੇ ਬਾਰਡਰ ਖੋਲ੍ਹਣ ਦੀ ਗੱਲ ਨਹੀਂ ਕਰਨੀ, ਪੰਜਾਬ ਦੇ ਪਾਣੀਆਂ ਦੀ ਗੱਲ ਨਹੀਂ ਕਰਨੀ ਕਿਉਂਕਿ ਰਾਜਸਥਾਨ ਤੋਂ ਵੋਟਾਂ ਲੈਣੀਆਂ ਨੇ, ਪੰਜਾਬ ਦੇ ਪਾਣੀਆਂ ਦੀ ਗੱਲ ਤਾਂ ਨਹੀਂ ਕਰਨੀ ਕਿਉਂਕਿ ਹਰਿਆਣੇ ਤੋਂ ਵੋਟਾਂ ਲੈਣੀਆਂ ਨੇ। ਪੰਜਾਬ 'ਚ ਜੇ ਭਰਤੀ ਹੁੰਦੀ ਹੈ ਤਾਂ 30-40% ਭਰਤੀ ਹਰਿਆਣੇ ਅਤੇ ਰਾਜਸਥਾਨ ਨੂੰ ਦਿੱਤੀ ਜਾ ਰਹੀ ਹੈ। ਇਸ ਲਈ ਜੇ ਰਾਜਧਾਨੀ ਦਾ ਵਿਤਕਰਾ, ਪਾਣੀਆਂ ਦਾ ਵਿਤਕਰਾ, ਇਹ ਸਾਰਾ ਰੋਕਣਾ ਹੈ ਤਾਂ ਸਭ ਨੂੰ ਭਾਈ ਇਕੱਠੇ ਹੋਣਾ ਪੈਣਾ। ਔਰ ਉਹ ਸਬੂਤ ਜਿੱਥੇ ਅੱਜ ਸਾਰਿਆਂ ਨੇ ਇੱਥੇ ਦਿੱਤਾ, ਉਹਨਾਂ ਦਾ ਮੈਂ ਧੰਨਵਾਦ ਕਰਦਾ। ਔਰ ਜਿਸ ਤਰੀਕੇ ਨਾਲ ਪੰਜਾਬੀ ਨੂੰ, ਦੇਖੋ ਪੰਜਾਬੀ ਨੂੰ ਭਾਈਚਾਰਕ ਸਾਂਝ ਦੇ ਪਾਠ ਦੀ ਲੋੜ ਕੋਈ ਨਹੀਂ, ਦੇਸ਼ ਭਗਤੀ ਦੇ ਪਾਠ ਦੀ ਸਾਨੂੰ ਲੋੜ ਕੋਈ ਨਹੀਂ, ਕਿਉਂਕਿ ਸਾਡਾ ਇਤਿਹਾਸ ਪਿਛੋਕੜ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਾਉਂਦਾ ਵੀ ਆ, ਦਰਸਾਉਂਦਾ ਵੀ ਆ। ਜੇ ਹਰ ਪੰਜਾਬੀ ਦੀ ਗੁਰਸਿੱਖ ਦੀ ਇਹ ਅਰਦਾਸ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹ ਸਰਬੱਤ ਦਾ ਭਲਾ ਮੰਗਦਾ ਦੇਸ਼ ਦੁਨੀਆਂ 'ਚ ਬੈਠੇ। ਔਰ ਭਾਈਚਾਰਕ ਸਾਂਝ ਦੀਆਂ ਨੀਹਾਂ ਸਾਡੇ ਗੁਰੂ ਸਾਹਿਬਾਨ ਰੱਖ ਗਏ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਲਾਸਾਨੀ ਕੁਰਬਾਨੀ ਹਿੰਦੂ ਭਾਈਚਾਰੇ ਤਿਲਕ ਜੰਝੂ ਦੀ ਰੱਖਿਆ ਵਾਸਤੇ ਦੇ ਦਿੱਤੀ, ਉਹ ਤੋਂ ਵੱਡਾ ਸੰਦੇਸ਼ ਨਹੀਂ ਕੋਈ ਜਾ ਸਕਦਾ ਸੀ। ਇਸ ਲਈ ਇੱਥੇ ਹਿੰਦੂ ਸਿੱਖ ਦੇ ਨਾਂ 'ਤੇ ਜਾਂ ਹਿੰਦੂ ਈਸਾਈ ਮਾਮਲੇ ਦੇ ਨਾਂ 'ਤੇ ਜਾਂ ਹਿੰਦੂ ਮੁਸਲਮਾਨ ਭਾਈਚਾਰੇ ਨੂੰ ਵੰਡ ਵਰਤ ਕੇ ਜੋ ਪੋਲੀਟਿਕਸ ਦੇਸ਼ ਚੱਲ ਰਹੀ ਹੈ ਉਹਦੇ ਅਸੀਂ ਖਿਲਾਫ਼ ਹਾਂ। ਜਿਸ ਤਰੀਕੇ ਨਾਲ ਇੱਕ ਪੰਜਾਬੀ ਨੂੰ ਕਿਲੇ ਉਹਦੇ ਸਿਰ 'ਤੇ ਪੱਗ ਹੈ ਅਤੇ ਉਹਨੂੰ ਤੁਸੀਂ ਟੈਰਰਿਸਟ ਐਲਾਨ ਦਿਓ, ਅਸੀਂ ਇਸ ਗੱਲ ਦੇ ਖਿਲਾਫ਼ ਹਾਂ। ਕੀ ਅਸੀਂ ਗਲਵਾਨ ਕਲੈਸ਼ਿਸ ਭੁੱਲ ਗਏ? ਕੀ ਅਸੀਂ ਇੰਡੋ ਚਾਈਨਾ ਇੰਡੋ ਪਾਕ ਦੇਸ਼ ਦੀ ਆਜ਼ਾਦੀ ਦੀਆਂ ਉਹ ਸਾਰੀਆਂ ਲੜਾਈਆਂ ਭੁੱਲ ਗਏ ਕਿ ਕਿਵੇਂ ਸਭ ਤੋਂ ਵੱਧ ਕੁਰਬਾਨੀਆਂ ਜੇ ਦਿੱਤੀਆਂ ਤਾਂ ਇਹ ਪੱਗ ਵਾਲੇ ਸੂਰਵੀਰਾਂ ਨੇ ਦਿੱਤੀਆਂ ਨੇ। ਅੱਜ ਉਹਨਾਂ ਦੀਆਂ ਮਾਵਾਂ ਦਾ, ਉਸ ਧਰਤੀ ਦਾ ਜਿਨ੍ਹਾਂ ਨੇ ਸਬੂਤ ਜੰਮਿਆ, ਜੇ ਉਹਨਾਂ ਦਾ ਸਤਿਕਾਰ ਕਰਦੇ ਹੋ ਤਾਂ ਭਾਈ ਸਾਡੀ ਪੱਗ ਦੀ ਸ਼ਾਨ ਬਰਕਰਾਰ ਰੱਖਣੀ ਹਰ ਸਰਕਾਰ ਦਾ ਫਰਜ਼ ਹੈ। ਔਰ ਮੈਨੂੰ ਅਫਸੋਸ ਹੈ ਕਿ ਭਗਵੰਤ ਮਾਨ ਜੀ
10 लाख दे कमरे च जाके विआह वेख सकदे हो, चलो वेखण, मगर इस शुभ की गल नहीं कर सकते। मैं शुभ वास्ते ट्वीट किया और मैं फिर कहना कि उन्हूं सुनांगे भी तो उहदे नाल खड़ांगे भी। एक गलती मैं आप समझदा नक्शे दे मामले च उन्हूं ध्यान रखना चाहीदा सी, मगर की एक गलती उन्हूं टैररिस्ट बना दूगी जस्ट बिकॉज उस पग बनता उहदे शो कैंसल हो जाणगे। इज दिस इनकलूसिव पॉलिटिक्स? की यह सबका साथ है? ये भाई सबका साथ नहीं। इसलिए जे सबका साथ फिलोसफी है तो दोवें सरकारां नूं आपदे सिस्टम च आपदी सोच च बदलाव लियाउणी पैणी। हुण आप वीजे बंद करा छड्डे ते वीजे ते आउणा सी किसे ने, जिन्हें गड़बड़ करनी उह वीजा लै के कदे आया अज तक? वीजे ते ते आउणा थोड़े वर्गिआं ने, पिंडां च रहिंदे लोकां ने, जिन्हां दे धी पुत इत्थे आ जां जिन्हां दे मापे उत्थे आपदे बच्चिआं कोल जाणा, उहनां नूं कादे लई इह जुर्माना लग गिआ? जिहड़ा नुकसान हो रिहा ये बड़ा चिंता का विषय है, और जिस तरीके नाल पग वाले नूं पेश किया जा रहा देश च वो भी बड़ा एक साडे लई चिंता का विषय। मीठा साहब, विजिलेंस बड़ी छापेमारी बड़ी, जिहड़ा कोई बोलदा विजिलेंस रेटा, जिहड़ा कोई बोलदा मनप्रीत दास का रेट चल रहा। देखो मैं विजिलेंस के बारे मेरे कोई अधिकार खेत्र नहीं, मगर हाँ साहब मनप्रीत सिंह बादल नाल मैं परसनली खलोता, मेरे भाइये का भरा मैं भाई उहदे नाल खलोता, और मैं समझदा कि भगवंत मान नूं जिहड़ा उहनां नाल कोई गुस्सा गला, भाई तुसीं तां कट्ठे रहे हो पीपीपी च, मका लो आपदी गल, मगर इस तरीके नाल विजिलेंस की जे सही वरतों होवे ते मैनूं कोई प्रॉब्लम नहीं। फिर वह वरतनी चाहीदी, कल्ली सिंगले दा अज तक चलान क्यों नहीं पेश किया? कटारू चक के खिलाफ क्यों नरमी? इन्हां दे वजीर जिन्हां ते करप्शन के एलीगेशन लगे शरारी दे वास्ते क्यों नरमी? धालीवाल दा इत्थे थोड़े पठानकोट जी इन्ने करोड़ों का घपला सामने आया कटारू चक का, उहदे वास्ते क्यों नरमी? सर विजिलेंस के डबल मापदंड नहीं हो सकते। चलो इन्हों तो वैसे ही वधाई है यार, ये तो थोनों एवं वखा अखा च घटा पाते हैं तो कट्ठे हो गए। जो बंगलौर से जप्पियां पै गई राहुल गांधी तो केजरीवाल दियाँ, कि पिछे इन्होंने किसी की हिम्मत है कि जप्पियां ना पा? ये तो जप्पियां पईआं ने, ऐलान ही बाकी है। देखो आए अमृतसर, मैं पूछना चाहना कि साडा भगवंत मान साहब ने या देश के गृह मंत्री साहब ने कि ये वायदा करके गए कि इंडो पाक बार्डर खोलिया जाऊगा? क्योंकि जे पंजाब च रोज़गार देना, जे पंजाब के नौजवानों की तरक्की चाहते हैं तो भाई ये इंडो पाक ट्रेड चलना चाहिए, क्योंकि जे ट्रेड पोर्ट राही हो सकता है, गुजरात महाराष्ट्र होर पोर्टा राही ओही समान एक्सपोर्ट इंपोर्ट अफगानिस्तान नाल पाकिस्तान नाल इन्हां मुल्कां नाल हो रहा है, तो इत्थों सस्ता पैंदा, इत्थों क्यों ना होवे? कि उन्हां सूबिआं दा फायदा चाहुंदे ते पंजाब दा नुकसान चाहुंदे, इसलिए सिल्क रूट जिहड़ा ये इमीजिएटली खुले। पंजाब च जो हरियाणा विधानसभा नूं जमीन देण दा वायदा होम मिनिस्टर साहब पिछली बारी कह गए सी कि दित्ती जाऊगी, उस फैसले नूं वापस लैण। पंजाब चंडीगढ़ पंजाब दा हिस्सा है, पंजाब दे पिंडां चों बणिआ, पंजाब नूं वापस दित्ता जावे। पाणियां दे मुद्दे ते राजस्थान और हरियाणे नाल जिहड़ी आपने संधि कर ली है, पंजाब दे पाणियां च पंजाब दा हक है, BBMB का मुद्दा है, पंजाब यूनिवर्सिटी का मुद्दा है, ये मुद्दों बारे की वह सैटल करके गए हैं? ये थोड़े को खबर ही आ गई है कि कल्ला ये ते लीपा पोची पा के चले गए? मैं यही सवाल पूछ रहे हो। देखो एक मैं ना थोनू सबनू अच पंजाबी वीर तुसी साडे आपां एक फुलवाड़ी हाँ जी इत्थे, और असी हर हिंदू भाईचारा, ईसाई भाईचारा, मुसलमान भाईचारा, सिख भाईचारा, ये देश ते पंजाब की शान है। और अज जिन्ना चैनल वेख लो NIA खबर छाप रहा, हुण NIA क्यों ये सब कुछ कट्ठा क्यों चल रहा? देखो एक लोकतंत्र प्रधानमंत्री ट्रूडो साहब नूं आपां तां नहीं सद्या, देश के प्रधानमंत्री ने सद्या, बाइडन साहब नूं आपां तां नहीं सद्या,
देश के प्रधानमंत्री साहब ने सद्या वो आए इत्थे गलवकड़ियां पईयां सब ने वेखी वो फोटो हुण ट्रूडो साहब एक देश के प्रधानमंत्री उत्थे जाके उन्होंने साडे देश के कोल इल्जाम लाता सच है झूठ है भाई सानू तो अभी तो आम लोग सानू नहीं पता मगर ये सच झूठ का निपटारा जरूर होना चाहिए साडी लोकतंत्र की शान लई जरूरी है वो सबूत रखन ते साडे जवाब देन क्योंकि किसी देश ने भी यह जे इल्जाम बर्दाश्त नहीं करने और किसी देश ने भी यह नहीं बर्दाश्त करना हुण आपां कादिया च बैठे कादिया च आके कोई पाकिस्तानी आके ते किसी बंदे नूं साडे नूं हिंदू वीर नूं या सिख वीर नूं मार दे कि असीं बर्दाश्त कर जां नहीं इसलिए ये सारी चीज़ां एक ह्यूमैनिटेरियन पक्ष तो मनुखी अधिकारां दे पक्ष तो एक चिंता का विशा हाँ देश नूं असीं वंडन नहीं देण देवांगे और मैं पहला कह चुके हैं सरबत दा भला देश भगती ये देश की अखंडता प्रभुता ये देश नूं कट्ठे रखना भाईचारक सांझ बनाई रखनी ये सानू कोई सिखावे ना असीं इहदे ते वचनबद्ध हाँ साडे गुरु साहिबाना ने साडे शहीदां ने सानू ये समत दित्ती है मगर भगवंत मान जी शोभा वास्ते क्यों नहीं बोलते वीजे बंद होए बारे क्यों नहीं बोलते क्योंकि ये नैशनल पॉलिटिक्स है कि भाई कितने पिछली बारी गलवान के मुद्दे से वोटा ऐतकी किसी इस मुद्दे से तो वोटा नहीं लैनी ये चिंता का विषय है कि साड़ी जिंदगियां रोल रहे हो तो तुहानू पॉलिटिक्स जरूरी हुई है हुण जिहड़ा गुरपुरब लई इत्थे नहीं आ सकूगा कि उहदा हिरदा बलूंदड़िया नहीं जाऊ कि उहदे दर्द नहीं होऊ कि मैं दरबार साहब नवें साल से मत्था टेक कई भावें नवा साल आपां 31 दसंबर नहीं मनते मगर कई मनते आ ਉਹ ਆਉਂਦੇ ਆ ਸਤਿਕਾਰ ਵਜੋਂ ਜੇ ਉਹ ਨਹੀਂ ਆ ਸਕਣਗੇ ਜਾਂ ਆਪਦੇ ਬੱਚੇ ਦੇ ਵਿਆਹ ਲਈ ਨਹੀਂ ਆ ਸਕਣਗੇ ਜਾਂ ਪਰਿਵਾਰ 'ਚ ਕੋਈ ਗਮੀ ਹੋਈ ਆ ਉਹਦੇ ਲਈ ਨਹੀਂ ਆ ਸਕਣਗੇ ਤਾਂ ਕੀ ਇਹ ਇਨਸਾਨੀਅਤ ਵਾਸਤੇ ਜਾਇਜ਼ ਹੈ ਵਾਈ ਸ਼ੁੱਡ ਪੀਪਲ ਸਫਰ ਪੀਪਲ ਟੂ ਪੀਪਲ ਕੰਟੈਕਟ ਇਹ ਜਿੱਥੇ ਕੰਟੈਕਟ ਵਧਿਆ ਉੱਥੇ ਲੋਕਤੰਤਰ ਬਚਿਆ ਜਿੱਥੇ ਕੰਟੈਕਟ ਟੁੱਟਿਆ ਉੱਥੇ ਫਿਰ ਨੁਕਸਾਨ ਹੋਇਆ ਜਿਵੇਂ ਪਾਕਿਸਤਾਨ ਨਾਲ ਤੁਹਾਡਾ ਪੀਪਲ ਟੂ ਪੀਪਲ ਕੰਟੈਕਟ ਬੰਦ ਹੋਇਆ ट्रेड बंद होया उहदा रिजल्ट की है रोज ड्रोना दा रौला लोग फिर इंश्योर करनगे कि भाई यह जी गल नहीं इसलिए लोकतंत्र दोवें मुल्क ने यह की होया की नहीं होया दा सच सामने आवे मगर उहदे लई लोकां नूं सजा ना साध सके जी पहला मैं वधाइयां दे ला जिहड़ियां मैं देनियां और तुसीं ध्यान नाल सुन लिओ क्योंकि कईआं दे तुसीं चैनल बंद कर देने प्राइवेट थोड़ी भी मजबूरी है मगर मैं बधाई देन तो हटना नहीं पहला तो माल साहब नूं बधाई फिर यूथ दे प्रधान नूं बधाई फिर थोनू सब नूं बधाई कि छोटे जे सदे ते बड़ी वड्डी गिनती च तुसी इक इत्थे इकत्तर होए हो दूजी राघव चड्डे दी बधाई भरावो ये भी मसला बड़ा पंजाब का फसिया खड़ा सी और जाके केजरीवाल होर ने अपने पुलिस वाले भी गुस्सा तो नहीं कर जाएंगे जी उन्होंने चुगन कह दिया मैं प्यार नाल चलो नहीं कहिंदा जी मैनू की लोड़ है भगवंत मान नू बधाई कि भाई बड़ा वड्डा मसला तुसी जाके उदयपुर की धरती ते राजस्थान च किश्तियां च बह के हल करके आए हो जेड़ी गड्डी फस गई सी ओ गड्डी नू तोड़ के हरी झंडी दे के आए हो भाई दोवें जोड़ी नू भी बहुत बहुत दासल हो बधाई रौला तो ये बधाई देन नू भी जी करता है सवाल पूछन नू भी जी करता है कि जेड़ा थोड़ा जा जिक्र होया वैसे छोटेपुर साहब तो ही बड़े सियाने हो जो मर्जी कोई बंदा कह लवे तुसी टाइम नाल ही किनारा कर गए तुसी समझ गए कि भाई ये तो इन्हां नाल रह गए तो मुड़ के जो हालात पंजाब दे इन्हां ने बना देने है या मुड़ के जो लोगों ने सवाल करने है और जो लोगों ने वटो वट भजाउणा वो जवाब नहीं दिते जाने हले तो 1.5 साल ही होया ते मैनू लगता है 5-6 वजीरा दिया फोटवा तो आ गई भजद्या कदे एको वजीर है साडे अजनाले का
ਉਹਨੂੰ ਪਤਾ ਨਹੀਂ ਟਮਾਟਰ ਹੀ ਨਹੀਂ ਕਹਿਣਾ ਆਉਂਦਾ, ਹੋਰ ਹੀ ਕੁਝ ਕਹੀ ਜਾਂਦਾ, ਟਮਾਟਰ ਕਰੀ ਜਾਂਦਾ। ਇੱਕ ਆ ਤੁਹਾਡਾ, ਇੱਕ ਹੋਰ ਵਜ਼ੀਰ ਹੈ ਇੱਥੋਂ ਹਰੀਕੇ ਦੇ ਨੇੜੇ ਦਾ, ਚਲੋ ਮੈਂ ਨਾਂ ਕੀ ਲੈਣਾ, ਫਿਰ ਇਹਨਾਂ ਨੂੰ ਮਿਰਚਾਂ ਬਹੁਤ ਲੜਦੀਆਂ ਨੇ, ਔਖੇ ਆਉਂਦੇ ਆ। ਮਗਰ ਜਿੰਨਾ ਜਿੰਨਾ ਦੀ ਐਮ ਐਲ ਏ ਦੀਆਂ ਵਜ਼ੀਰਾਂ ਦੀਆਂ, ਸਾਡੇ ਛੋਟੇ ਵੀਰ ਜਿਹੜਾ ਇੱਥੋਂ ਸਾਡਾ ਛੋਟਾ ਵੀਰ ਆ, ਉਹ ਵੀ ਮੈਂ ਇੱਕ ਦਿਨ ਭੱਜਦਾ ਵੇਖਿਆ, ਉਹਦਾ ਨਾਂ ਤਾਂ ਕੀ ਲੈਣਾ, ਤੁਸੀਂ ਵੀ ਵੀਡੀਓ ਵੇਖੀ ਆ, ਹਾਸੇ ਤਾਂ ਤੁਸੀਂ ਵੀ ਬੜਾ ਸੀ, ਚਲੋ ਸਾਨੂੰ ਉਹਦਾ ਵੀ ਦਰਦ ਹੈ। ਮਗਰ ਭਾਈ ਇਹ ਲੋਕ ਤੁਹਾਨੂੰ ਭਜਾਉਂਦੇ ਕਿਉਂ ਨੇ, ਕਦੇ ਇਸ ਗੱਲ ਵੱਲ ਵੀ ਧਿਆਨ ਦਿੱਤਾ? ਮਗਰ ਇਸ ਗੱਲ ਵੱਲ ਧਿਆਨ ਹਾਲੇ ਨਹੀਂ ਜਾਣਾ ਕਿਉਂਕਿ ਬਹੁਮਤ ਹੈ। ਚਲੋ ਤੀਜੀ ਵਧਾਈ, ਮੈਂ ਭਜਾਉਣ ਭਜਾਉਣ ਦੀ ਗੱਲ 'ਚ ਨਾ ਪਵਾਂ, ਤੀਜੀ ਵਧਾਈ ਇਸ ਗੱਲ ਦੀ ਹੈ ਕਿ ਆਪ ਦਾ ਤੇ ਕਾਂਗਰਸ ਪਾਰਟੀ ਦਾ ਗੱਠਜੋੜ ਹੋ ਚੱਲਿਆ, ਤੇ ਮੈਂ ਕਿਉਂਕਿ ਇਸ ਹਲਕੇ 'ਚ ਆਇਆ ਜਿੱਥੋਂ ਲੀਡਰ ਆਫ ਆਪੋਜੀਸ਼ਨ ਬਿਲੋਂਗ ਕਰਦੇ ਆ, ਤੇ ਮੈਂ ਕਿਹਾ ਉਹਨਾਂ ਦੇ ਹਲਕੇ 'ਚ ਆ ਕੇ ਉਹਨਾਂ ਨੂੰ ਵਧਾਈ ਵੀ ਦੇ ਕੇ ਜਾਵਾਂ ਕਿ ਤੁਹਾਡਾ 50-50 ਸੌਦਾ, ਹੁਣ ਪਤਾ ਨਹੀਂ ਕਿਹੜੇ ਮੂੰਹ ਨਾਲ ਇਹ ਭਗਵੰਤ ਮਾਨ ਨੂੰ ਸਵਾਲ ਕਰੋਗੇ। ਉਹ ਦਿਨ ਦੂਰ ਨਹੀਂ ਜਦੋਂ 7-7 ਸੀਟਾਂ, ਕਈ ਕਹਿਣਗੇ 7 ਤਾਂ 13 ਸੀਟਾਂ ਨੇ, 7-7 ਕਿਵੇਂ ਕਹਿੰਦਾ ਇਹ, ਚੰਡੀਗੜ੍ਹ ਦੀ ਸੀਟ ਲੈ ਕੇ 14 ਬਣਦੀਆਂ ਨੇ, ਔਰ 7-7 ਸੀਟਾਂ 'ਚ ਕਾਂਗਰਸ ਤੇ ਆਪ ਦਾ ਸਮਝੌਤਾ ਹੋ ਗਿਆ ਤੇ ਇਹਨਾਂ ਨੇ ਚੋਣ ਇਕੱਠਿਆਂ ਲੜਨੀ ਹੈ, ਤੇ ਫਿਰ ਬੜੀ ਗੱਲ ਸਿੱਧੀ ਹੈ ਕਿ ਵਿਰੋਧੀ ਧਿਰ ਦੀ ਭਾਵੇਂ ਕੁਰਸੀ ਤੇ ਤਾਂ ਬਹਿ ਗਏ, ਮਗਰ ਥੋੜੇ ਦਿਨਾਂ ਬਾਅਦ ਇਹ ਰੂਲਿੰਗ ਪਾਰਟੀ ਕੋ ਹੋਣਗੇ, ਇਹ ਵਿਰੋਧੀ ਧਿਰ ਦੇ ਨਹੀਂ ਕੋਣਗੇ।